ਸੰਸਦ ਦੇ ਬਜਟ ਸੈਸ਼ਨ ਦਾ ਦੂਸਰਾ ਪੜਾਅ ਬੇਹੱਦ ਹੰਗਾਮਿਆਂ ਭਰਪੂਰ ਰਿਹਾ। ਡੰਡੇ ਵਧੇਰੇ ਸਮਾਂ ਦੋਵਾਂ ਸਦਨਾਂ ਵਿੱਚ ਰੌਲਾ ਰੱਪਾ ਪੈਣ, ਧੱਕਾ ਮੁੱਕੀ ਹੋਣ ਅਤੇ ਮੈਂਬਰਾਂ ਵੱਲੋਂ ਇੱਕ ਦੂਜੇ ਨੂੰ ਗਾਲੀ ਗਲੋਚ ਕਰਨ ਵਿੱਚ ਹੀ ਗੁਜ਼ਰ ਗਿਆ। ਡੰਡੇ ਇਹ ਸੈਸ਼ਨ 2 ਮਾਰਚ ਤੋਂ 6 ਮਾਰਚ ਤੱਕ ਚੱਲਿਆ। ਇਸ ਵਿੱਚ ਇੱਕ ਪਾਸੇ ਕਾਂਗਰਸ, DMK, ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਖੱਬੇ ਪੱਖੀ ਪਾਰਟੀਆਂ ਆਦਿ ਨੇ ਇਕੱਠੀਆਂ ਹੋ ਕੇ ਜਾਂ ਵੱਖਰੇ ਵੱਖਰੇ ਤੌਰ 'ਤੇ ਦਿੱਲੀ ਦੰਗਿਆਂ 'ਤੇ ਕਈ ਹੋਰ ਮੁੱਦਿਆਂ 'ਤੇ ਆਪਣਾ ਵਿਰੋਧ ਜਾਰੀ ਰੱਖਿਆ। ਉੱਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵੀ ਉਹਨਾਂ ਨਾਲ ਪੂਰੀ ਤਰ੍ਹਾਂ ਉਲਝਦੇ ਨਜ਼ਰ ਆਏ। ਡੰਡੇ ਅਸੀਂ ਵਿਰੋਧੀ ਪਾਰਟੀਆਂ ਦੀ ਇਸ ਮੰਗ ਨੂੰ ਜਾਇਜ਼ ਸਮਝਦੇ ਹਾਂ ਕਿ ਦਿੱਲੀ ਵਿੱਚ ਹੋਏ ਬੇਹੱਦ ਖਤਰਨਾਕ ਖੂਨੀ ਦੰਗੇ, ਜਿਨ੍ਹਾਂ ਵਿੱਚ 4 ਦਰਜਨ ਤੋਂ ਵੱਧ ਲੋਕ ਮਾਰੇ ਗਏ, ਸੈਂਕੜੇ ਹੀ ਜ਼ਖਮੀ ਹੋਏ, ਵੱਡੀ ਪੱਧਰ 'ਤੇ ਅਗਜ਼ਨੀ ਹੋਈ ਅਤੇ ਭੀੜਾਂ ਇੱਕ ਦੂਜੇ ਨਾਲ ਭਿੜਦੀਆਂ ਨਜ਼ਰ ਆਈਆਂ ਤੋਂ ਬਾਅਦ ਜੇਕਰ ਸੰਸਦ ਦਾ ਇਜਲਾਸ ਹੁੰਦਾ ਹੈ ਤਾਂ ਉਸ ਵਿੱਚ ਇਹਨਾਂ ਦੰਗਿਆਂ ਬਾਰੇ ਵਿਸਥਾਰਿਤ ਬਹਿਸ ਹੋਣੀ ਚਾਹੀਦੀ ਸੀ, ਕਿਉਂਕਿ ਇਸ ਘਟਨਾਕ੍ਰਮ ਵਿੱਚ ਦਿੱਲੀ ਦੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਤਾਂ ਹੋਇਆ ਹੀ ਹੈ, ਕੌਮਾਂਤਰੀ ਪੱਧਰ 'ਤੇ ਦੇਸ਼ ਦੀ ਭਾਰੀ ਬਦਨਾਮੀ ਵੀ ਹੋਈ ਹੈ। ਡੰਡੇ ਵਿਰੋਧੀ ਧਿਰ ਦੀ ਇਸ ਗੱਲ ਵਿੱਚ ਵੱਡਾ ਵਜ਼ਨ ਸੀ, ਪਰ ਭਾਜਪਾ ਸਰਕਾਰ ਨੇ ਇਸ ਸੰਬੰਧੀ ਲਮਕਾਊ ਨੀਤੀ ਧਾਰਨ ਕਰਕੇ ਪਹਿਲੇ ਦਿਨਾਂ ਵਿੱਚ ਇਸ ਸੰਬੰਧੀ ਚਰਚਾ ਕਰਾਉਣ ਤੋਂ ਪਾਸਾ ਵੱਟਣ ਦਾ ਯਤਨ ਕੀਤਾ। ਡੰਡੇ ਇਸੇ ਲਈ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਇਹ ਕਿਹਾ ਕਿ ਇਹਨਾਂ ਦੰਗਿਆਂ ਦੀ ਚਰਚਾ ਹੌਲੀ ਤੋਂ ਬਾਅਦ ਹੀ ਹੋਵੇਗੀ। ਡੰਡੇ ਰਾਜ ਸਭਾ ਵਿੱਚ ਵੀ ਅਜਿਹਾ ਹੀ ਵਤੀਰਾ ਧਾਰਿਆ ਗਿਆ, ਜਿਸ ਕਰਕੇ ਵਿਰੋਧੀ ਧਿਰਾਂ ਨੇ ਸਪੀਕਰ 'ਤੇ ਦੋਸ਼ ਲਾਇਆ ਕਿ ਉਹ ਸਰਕਾਰ ਦਾ ਪੱਖ ਪੂਰ ਰਹੇ ਹਨ। ਡੰਡੇ ਕਿਉਂਕਿ ਇਸ ਬੇਹੱਦ ਜ਼ਰੂਰੀ ਮਸਲੇ 'ਤੇ ਤੁਰੰਤ ਚਰਚਾ ਕਰਵਾਈ ਜਾਣੀ ਜ਼ਰੂਰੀ ਸੀ, ਇਸ ਲਈ ਦੋਵੇਂ ਧਿਰਾਂ ਆਪੋ ਆਪਣੇ ਪੱਖ 'ਤੇ ਅੜੀਆਂ ਰਹੀਆਂ, ਜਿਸ ਕਰਕੇ 5 ਦਿਨ ਤੋਂ ਦੋਵਾਂ ਹੀ ਸਦਨਾਂ ਵਿੱਚ ਇਸ ਮਸਲੇ 'ਤੇ ਝਗੜੇ ਤੋਂ ਬਗੈਰ ਕੋਈ ਹੋਰ ਬਹੁਤਾ ਕੰਮ ਨਾ ਹੋ ਸਕਿਆ। ਡੰਡੇ ਲੋਕ ਸਭਾ ਵਿੱਚ ਸਰਕਾਰ ਕੋਲ ਬਹੁਮਤ ਹੈ, ਇਸ ਲਈ ਉਸਨੇ ਬੈਂਕਿੰਗ ਰੈਗੂਲੇਸ਼ਨ ਸੋਧ ਬਿੱਲ 2020 ਅਤੇ ਸਿੱਧਾ ਟੈਕਸ ਵਿਵਾਦ 'ਤੇ ਵਿਸ਼ਵਾਸ ਸੰਬੰਧੀ ਬਿੱਲ ਸਮੇਤ ਕੁਝ ਹੋਰ ਬਿੱਲ ਜ਼ੁਬਾਨੀ ਬੋਲ ਕੇ ਹੀ ਪਾਸ ਹੋਣ ਦਾ ਐਲਾਨ ਕਰ ਦਿੱਤਾ। ਡੰਡੇ ਜਦੋਂ ਕਾਂਗਰਸੀ ਮੈਂਬਰਾਂ ਨੇ ਲੋਕ ਸਭਾ ਦੀ ਕਾਰਵਾਈ ਨਾ ਚੱਲਣ ਦਿੱਤੀ ਅਤੇ ਲੋੜ ਤੋਂ ਵੱਧ ਹੰਗਾਮਾ ਕੀਤਾ ਤਾਂ ਸਪੀਕਰ ਵੱਲੋਂ 7 ਕਾਂਗਰਸੀ ਮੈਂਬਰਾਂ ਨੂੰ ਇਸ ਮੌਜੂਦਾ ਸੈਸ਼ਨ ਦੇ ਬਾਕੀ ਰਹਿੰਦੇ ਸਾਰੇ ਸਮੇਂ ਲਈ ਮੁਅੱਤਲ ਕਰ ਦਿੱਤਾ। ਡੰਡੇ ਇਸ ਨਾਲ ਵਿਰੋਧੀ ਧਿਰਾਂ ਹੋਰ ਵੀ ਉਬਾਲ ਵਿੱਚ ਆ ਗਈਆਂ ਦਿਖਾਈ ਦਿੱਤੀਆਂ। ਹੁਣ ਦੁਬਾਰਾ ਸੰਸਦ ਹੌਲੀ ਤੋਂ ਬਾਅਦ 11 ਮਾਰਚ ਨੂੰ ਸ਼ੁਰੂ ਹੋਵੇਗੀ, ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਦਿਖਾਈ ਦਿੰਦਾ ਹੈ ਉਸ ਸਮੇਂ ਵੀ ਸੰਸਦੀ ਕੰਮਕਾਜ ਸਹੀ ਢੰਗ ਨਾਲ ਹੋਣ ਦੀ ਸੰਭਾਵਨਾ ਘੱਟ ਨਜ਼ਰ ਆਉਂਦੀ ਹੈ। ਡੰਡੀ ਕਿਉਂਕਿ ਦੇਸ਼ ਭਰ ਵਿੱਚ ਵਿਰੋਧੀ ਪਾਰਟੀਆਂ ਅਤੇ ਹੋਰ ਸੰਗਠਨ ਇਸ ਮਸਲੇ ਨੂੰ ਲੈ ਕੇ ਧਰਨੇ 'ਤੇ ਮੁਜ਼ਾਹਰੇ ਕਰ ਰਹੇ ਹਨ। ਡੰਡੇ ਸਰਕਾਰ ਵੀ ਇਸ ਮੁੱਦੇ 'ਤੇ ਬਚਾਅ ਦੀ ਨੀਤੀ 'ਤੇ ਆਈ ਦਿਖਾਈ ਨਹੀਂ ਦਿੰਦੀ, ਸਗੋਂ ਉਸਨੇ ਵੀ ਪੂਰੀ ਤਰ੍ਹਾਂ ਸਖ਼ਤ